ਮੈਨੂੰ ਸੱਚੀ ਅੰਦਾਜ਼ਾ ਨਹੀਂ ਹੋ ਰਿਹਾ ਜਾਂ ਮੈਨੂੰ ਸ਼ਬਦ ਨਹੀਂ ਮਿਲ ਰਹੇ ਮੈਂ ਕਿਵੇਂ ਧੰਨਵਾਦ ਕਰਾਂ ਤੁਹਾਡੇ ਸਾਰਿਆਂ ਦਾ। ਮੈਨੂੰ ਖੁਸ਼ੀ ਪਤਾ ਕਿਉਂ ਹੋ ਰਹੀ ਹੈ, ਮੈਨੂੰ ਲੱਗਦਾ ਸੀ ਕਿ ਜਿਸ ਦਿਨ ਅਸੀਂ ਪੰਜਾਬ ਵਾਲੇ ਜਾਂ ਪੰਜਾਬੀ ਸਾਡੀ ਕੌਮ ਦੀ ਜਦੋਂ ਅਸੀਂ ਮੁੱਦਿਆਂ 'ਤੇ ਆ ਜਾਵਾਂਗੇ ਨਾ ਤਾਂ ਅਸੀਂ ਕੁਛ ਨਾ ਕੁਛ ਆਪਦੇ ਲਈ ਪੰਜਾਬ ਲਈ ਲੈ ਲਵਾਂਗੇ। ਬਸ ਆਹੀ ਕੋਸ਼ਿਸ਼ 'ਚ ਲੱਗਿਆ ਹੋਇਆ ਇੰਨੀਆਂ ਸਾਲਾਂ ਤੋਂ, ਔਰ ਆ ਪਹਿਲੀ ਵਾਰ ਜੋ ਜਨਤਕ ਲੈਵਲ 'ਤੇ ਜਿਸ ਲੈਵਲ 'ਤੇ ਆਪਾਂ ਮੁੱਦੇ ਦੀ ਗੱਲ ਕੀਤੀ ਹੈ, ਨਾ ਕਿ ਕੁਛ ਹੋਰ ਤਰ੍ਹਾਂ ਦੀਆਂ ਗੱਲਾਂ, ਕਾਲੇ ਪਾਣੀ ਦਾ ਮੁੱਦਾ, ਔਰ ਇਹਦੇ ਨਾਲ ਨਾਲ ਪੰਜਾਬੀਆਂ ਦੀ ਰਿਜ਼ਰਵੇਸ਼ਨ, ਪ੍ਰਵਾਸੀ ਇੱਥੇ ਕੋਈ ਜ਼ਮੀਨ ਨਾ ਖਰੀਦ ਸਕਣ, ਉਹਨਾਂ ਦੀ ਵੈਰੀਫਿਕੇਸ਼ਨ ਹੋਵੇ, ਵਗੈਰਾ ਵਗੈਰਾ। ਇਹ ਪਹਿਲੀ ਵਾਰੀ ਹੋਇਆ ਅਸੀਂ ਮੁੱਦੇ ਦੀ ਲੜਾਈ 'ਤੇ ਆਏ ਔਰ ਉਸ ਲੜਾਈ ਦਾ ਪਹਿਲਾ ਪੜਾਅ 'ਚ ਜਿੱਤ ਹਾਸਲ ਕੀਤੀ। ਕਿਵੇਂ ਕੀਤੀ? ਤੁਹਾਡੇ ਕਰਕੇ, ਕੋਈ ਮੈਂ ਨਹੀਂ ਜਾਂ ਸਾਡੀ ਕਾਲੇ ਪਾਣੀ ਦੀ ਟੀਮ ਨਹੀਂ, ਤੁਸੀਂ ਤੁਸੀਂ ਹੋ। ਤੁਹਾਡੇ ਕਰਕੇ ਸਾਡੀਆਂ ਗੱਲਾਂ ਸੁਣੀਆਂ ਜਾਣਗੀਆਂ, ਤੁਹਾਡੇ ਕਰਕੇ ਸਾਡੀ ਕੋਈ ਗੱਲ ਮੰਨੀ ਜਾਊਗੀ, ਅਦਰਵਾਈਜ਼ ਨਹੀਂ। ਜਿੰਨੇ ਲੋਕਾਂ ਨੂੰ ਘਰਾਂ 'ਚ ਨਜ਼ਰਬੰਦ ਕੀਤਾ, ਜਿੰਨੇ ਲੋਕਾਂ ਨੇ ਸਾਨੂੰ ਸੁਣਿਆ ਵੀ ਦੇਸ਼ ਵਿਦੇਸ਼ ਦੇ ਵਿੱਚ, ਔਰ ਜਿੰਨੇ ਲੋਕ ਉੱਥੇ ਪਹੁੰਚੇ ਉਹਨਾਂ ਦਾ ਸਪੈਸ਼ਲੀ, ਔਰ ਦੋ ਸਾਡੇ ਮੈਂਬਰ ਪਾਰਲੀਮੈਂਟਾਂ ਦੇ ਰੀਪ੍ਰਜੈਂਟੇਟਿਵ ਆਏ, ਬਾਪੂ ਤਰਸੇਮ ਸਿੰਘ ਜੀ ਹੋਰੀ ਆਏ ਖਡੂਰ ਸਾਹਿਬ ਤੋਂ, ਔਰ ਭਾਈ ਸਰਬਜੀਤ ਸਿੰਘ ਹੋਰਾਂ ਦੀ ਵਾਈਫ ਆਏ ਉੱਥੇ, ਉਹਨਾਂ ਦੀ ਬਹੁਤ ਮਿਹਰਬਾਨੀ। ਹਾਂ, ਇੱਕ ਗੱਲ ਦਾ ਮੈਨੂੰ ਥੋੜ੍ਹਾ ਜਿਹਾ ਅਫਸੋਸ ਰਿਹਾ ਕਿ ਬਹੁਤ ਸਾਰੀਆਂ ਜਥੇਬੰਦੀਆਂ ਨੇ ਪੰਜਾਬ 'ਚ, ਉਹਨਾਂ ਦੀ ਰੀਪ੍ਰਜੈਂਟੇਸ਼ਨ ਉੱਥੇ ਨਜ਼ਰ ਨਹੀਂ ਆਈ। ਅਸੀਂ ਮਿਲੇ ਵੀ ਸੀ, ਬਹੁਤ ਘੱਟ ਰੀਪ੍ਰਜੈਂਟੇਸ਼ਨ ਨਜ਼ਰ ਆਈ। ਲੋਕਾਂ ਦੇ ਮੁੱਦਿਆਂ 'ਤੇ ਆਇਆ ਕਰੋ, ਨਹੀਂ ਤਾਂ ਇੱਕ ਦੂਜੇ ਦਾ ਸਾਥ ਨਹੀਂ ਹੋਊਗਾ ਤਾਂ ਕੁਛ ਪੰਜਾਬ ਲਈ ਚੰਗਾ ਨਹੀਂ ਕਰ ਪਾਵਾਂਗੇ। ਆਪਦੇ ਉਹ ਸਾਰੇ ਦੋਸਤ ਜਿੰਨਿਆਂ ਨੇ ਇਹਦੇ 'ਚ ਕੰਟਰੀਬਿਊਟ ਕੀਤਾ, ਮੇਰਾ ਦੋਸਤ ਤਾਂ ਕੈਮਰੇ ਦੇ ਪਿੱਛੇ ਬੈਠਾ ਜੋ ਇਹ ਵੀ, ਔਰ ਬਾਕੀ ਸਾਰੇ ਵੀ, ਉਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਕਿ ਤੁਸੀਂ ਜਿਵੇਂ ਨਾਲ ਖੜ੍ਹੇ ਹੋ ਅਸੀਂ ਉਹ ਚੀਜ਼ਾਂ ਕੱਲ੍ਹ ਕਰ ਪਾਏ। ਪਤਾ ਕੀ ਹੁੰਦਾ, ਕਿਸੇ ਵੀ ਮੁੱਦੇ ਨੂੰ ਲੈ ਕੇ ਜਾਂ ਅੰਦੋਲਨ ਨੂੰ ਲੈ ਕੇ ਉਹਦੇ 3 ਸਟੇਜਸ ਹੁੰਦੀਆਂ ਨੇ। ਪਹਿਲੀ ਸਟੇਜ ਹੈ ਉਹਦੇ ਬਾਰੇ ਸਹੀ ਸੋਚਣਾ, ਉਹਨੂੰ ਖੜ੍ਹਾ ਕਰਨ ਦੀ ਗੱਲ 'ਤੇ ਲੈ ਕੇ ਆਉਣਾ, ਫਿਰ ਉਹਨੂੰ ਲੋਕਾਂ ਦੇ ਵਿੱਚ ਫੈਲਾ ਦੇਣਾ। ਇਹਦੇ ਨਾਲ ਪਹਿਲੇ ਪੜਾਅ 'ਚ ਜੁੜੀ ਹੋਈ ਗੱਲ ਹੈ। ਕੱਲ੍ਹ ਆਪਾਂ ਉਹਨੂੰ ਇੱਕ ਜਨਤਕ ਮਸਲਾ ਬਣਾ ਤਾ, ਤੁਸੀਂ ਕਹਿ ਲਓ ਆਪਾਂ ਦੂਜੇ ਪੜਾਅ ਨੂੰ ਅਚੀਵ ਕਰ ਲਿਆ। ਤੀਜਾ ਪੜਾਅ ਹੋਊਗਾ ਜਦੋਂ ਪੂਰੀ ਦੁਨੀਆ ਦੇ ਮਦਦ ਨਾਲ ਸਰਕਾਰਾਂ ਤੋਂ ਆਪਾਂ ਇਹਨੂੰ ਜੜ੍ਹ ਤੋਂ ਪੱਟ ਦਿਆਂਗੇ, ਸੜ ਦਿਆਂਗੇ, ਪੁੱਟ ਕੇ ਸਾਡੇ ਪਾਣੀ ਗਲੀਨ ਹੋ ਜਾਣਗੇ। ਬਟ ਉਹਦੇ ਲਈ ਸਾਨੂੰ ਇੱਕ ਲੰਬੀ ਲੜਾਈ ਹੈ ਖੜ੍ਹਨਾ ਪਊਗਾ। ਲੰਬੀ ਕਿਵੇਂ, ਤੁਹਾਨੂੰ ਮੈਂ ਥੋੜ੍ਹਾ ਜਿਹਾ ਦੱਸ ਦਿਆਂ। ਇਕੱਲਾ ਬੁੱਢੇ ਦਰਿਆ 'ਚ ਜਿਹੜਾ ਕਿ ਅਸਲ 'ਚ ਦਰਿਆ ਸੀ, ਜੋ ਨਾ ਪਹਿਲੀ ਪਾਤਸ਼ਾਹੀ ਨੇ ਰੱਖਿਆ ਸੀ, 60 ਕਰੋੜ ਲੀਟਰ ਪਾਣੀ ਪੈਂਦਾ ਹੈ, ਜਿਹਦੇ 'ਚੋਂ 15 ਕਰੋੜ ਲੀਟਰ ਡਾਇੰਗ ਵਾਲਿਆਂ ਦਾ ਹੈ, ਔਰ ਆਪਾਂ ਕੱਲ੍ਹ ਗੱਲ ਕਰ ਰਹੇ ਸੀ 10.5 ਕਰੋੜ ਲੀਟਰ ਦੀ। ਔਰ ਬੁੱਢੇ ਦਰਿਆ ਅਰਗੀਆਂ ਹੋਰ ਕਿੰਨੇ ਦਰਿਆ ਨੇ, ਸੰਘਿਆ ਵਾਲੀ ਸਟ੍ਰੇਨ ਹੈ, ਇੱਧਰ ਹੰਸਲਾ ਨਦੀ ਆ, ਹੋਰ ਕਿੰਨੇ ਦਰਿਆ ਨੇ ਸਾਡੇ, ਕਿੰਨੇ ਥਾਵਾਂ 'ਤੇ ਫੈਕਟਰੀਆਂ ਰਿਵਰਸ ਬੋਰ ਕਰਕੇ ਪਾਣੀ ਅੰਦਰ ਪਾ ਰਹੀਆਂ ਨੇ। ਸਾਰੇ ਪੰਜਾਬ ਦਾ ਪਾਣੀ ਦੂਸ਼ਿਤ ਹੋ ਚੁੱਕਿਆ, ਇਹ ਰਾਜ ਸਭਾ 'ਚ ਵੀ ਰਿਪੋਰਟ ਪੇਸ਼ ਹੋ ਚੁੱਕੀ ਹੈ, ਨਾ ਪੀਣ ਯੋਗ ਹੈ ਨਾ ਨਹਾਉਣ ਯੋਗ ਹੈ। ਸੋ ਆਪਾਂ ਇੱਕ ਪਹਿਲੀ ਲੜਾਈ ਜਿੱਤੀ ਹੈ, ਔਰ ਉਸ ਲੜਾਈ ਦੇ ਵਿੱਚ ਵੀ ਜੋ ਸਰਕਾਰ ਨੇ ਸਾਰੇ ਆਹ ਦੇ ਸਾਹਮਣੇ ਖੜ੍ਹ ਕੇ ਵਾਅਦੇ ਕੀਤੇ ਨੇ ਕਿ ਆਹ 2 7 ਦਿਨਾਂ ਬਾਅਦ, ਪਹਿਲਾਂ 2 ਦਿਨਾਂ ਬਾਅਦ ਬੰਦ ਕਰਾਂਗੇ, ਆਪਾਂ ਸਾਰੇ ਜਿੰਨੇ ਵੀ ਸੀਗੇ ਕੱਲ੍ਹ ਸ਼ਾਮਲ ਇਹਨੂੰ ਵਾਚ ਕਰਾਂਗੇ, ਜੇ ਨਹੀਂ ਕਰਨਗੇ ਤਾਂ ਜਿਵੇਂ ਮੈਂ ਉੱਥੇ ਖੜ੍ਹ ਕੇ ਕਿਹਾ ਸੀ ਕਿ ਫਿਰ ਦੁਬਾਰਾ ਆਏ, ਕਿਉਂਕਿ ਇਹ ਕਰਾਉਣਾ ਹੈ। ਇਸ ਸਰਕਾਰ ਦੇ ਰੀਪ੍ਰਜੈਂਟੇਟਿਵ ਸੀ ਉਹ, ADC ਜਾਂ DCP ਨਹੀਂ ਸੀਗੇ,
ਉਸ ਸਰਕਾਰ ਦੇ ਰੀਪ੍ਰਜੈਂਟੇਟਿਵ ਸੀ, ਜਿਵੇਂ ਕਿ ਉਹ ADC ਨੇ ਕਿਹਾ ਸੀ ਬੰਦ ਕਰਾਵਾਂਗੇ, ADC ਸਾਹਿਬ ਨੇ, ਜਿਹੜੇ DCP ਸਾਹਿਬ ਸੀ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਕੱਲ੍ਹ ਅੰਦੋਲਨ 'ਚ ਆਉਣ ਵਾਲੇ ਸਾਡੇ ਜਿੰਨੇ ਲੋਕ ਸੀ ਉਹਨਾਂ ਨਾਲ ਜੋ ਜ਼ਿਆਦਤੀਆਂ ਕੀਤੀਆਂ ਔਰ ਵੀਡੀਓ ਬਣੇ ਨੇ ਉਹਦੇ 'ਤੇ ਉਹ ਰਿਐਕਟ ਕਰਨਗੇ ਔਰ ਅਸੀਂ ਕਾਰਵਾਈ ਕਰਾਂਗੇ, ਤੁਹਾਡੇ ਸਾਰਿਆਂ ਦੇ ਸਾਹਮਣੇ ਉਹਨਾਂ ਨੇ ਵਾਅਦਾ ਕੀਤਾ ਸੀ। ਲੱਖੇ ਦੀ ਗੱਡੀ ਜੀ ਨੇ ਤੋੜੀ ਹੈ, ਉਹਦਾ ਤਾਂ ਵੀਡੀਓ ਵੀ ਬਣਿਆ, ਉਹਦੇ 'ਤੇ ਤੁਸੀਂ ਕੀ ਕਾਰਵਾਈ ਕਰਦੇ ਹੋ ਅਸੀਂ ਵੇਖ ਰਹੇ ਹਾਂ, ਔਰ ਸਿਰਫ ਅਸੀਂ ਨਹੀਂ ਸਾਰਾ ਪੰਜਾਬ ਸਾਰੀ ਦੁਨੀਆ ਵੇਖ ਰਹੀ ਆ, ਹਰ ਪੰਜਾਬੀ ਵੇਖ ਰਿਹਾ। ਇਹ ਦੇਖਾਂਗੇ ਸਰਕਾਰ ਦੇ ਵੱਲੋਂ ਜੋ ਰੀਪ੍ਰਜੈਂਟੇਟਿਵ ਸੀ ਉਹ ਕਰਦੇ ਨੇ ਜਾਂ ਨਹੀਂ, ਹੋਰ ਬੰਦਿਆਂ ਦਾ ਸਾਨੂੰ ਬਹੁਤ ਪਤਾ ਲੱਗਿਆ ਇਹ ਕਾਰਵਾਈ ਕਰਦੇ ਆ ਜਾਂ ਨਹੀਂ, ਔਰ ਉਸ ਤੋਂ ਵੀ ਅਹਿਮ ਉਸ ਮੁੱਦੇ 'ਤੇ ਜੋ ਵਾਅਦਾ ਕੀਤਾ ਗਿਆ ਉਹ ਇਹ ਕਰਦੇ ਨੇ ਕਿ ਨਹੀਂ, ਕਿਉਂਕਿ ਇਹ ਪਹਿਲੀ ਗੱਲ ਹੈ। ਫਿਰ ਆ ਜਿਵੇਂ ਮੈਂ ਪਹਿਲਾਂ ਦੱਸ ਚੁੱਕਿਆ ਇੱਕ ਲੰਬੀ ਲੜਾਈ ਹੈ, ਔਰ ਅਸੀਂ ਇੱਕ ਹੋਰ ਸੋਚ ਲਿਆ ਸਾਰਿਆਂ ਨੇ ਕਾਲੇ ਪਾਣੀ ਦੇ ਨਾਂ 'ਤੇ ਹੁਣ ਅਸੀਂ ਪੰਜਾਬ 'ਚ ਇੱਕ ਕੇਡਰ ਕ੍ਰੀਏਟ ਕਰਾਂਗੇ। ਜਦੋਂ ਸਾਨੂੰ ਕੱਲ੍ਹ ਉੱਥੇ ਬੈਠਣ ਦੀ ਗੱਲ ਆਈ ਸੀ ਨਾ ਤਾਂ ਅਸੀਂ ਹੈਂਡੀਕੈਪ ਸੀ, ਕਿਉਂਕਿ ਸਾਡੇ ਸਾਰੇ ਬੰਦੇ ਪੰਜਾਬ 'ਚ ਫੜ ਲਏ ਗਏ ਸੀ, ਨਜ਼ਰਬੰਦ ਸੀ, ਅਸੀਂ ਬੈਠਾਂਗੇ ਕਿੰਨਿਆਂ ਲੋਕਾਂ ਨਾਲ, ਕਿਉਂਕਿ ਜਥੇਬੰਦੀਆਂ ਤਾਂ ਸਾਡੇ ਕੋਲ ਹੈ ਨਹੀਂ ਸੀ, ਜਿਨ੍ਹਾਂ ਲਈ ਮੈਨੂੰ ਅਪੀਲ ਵੀ ਕਰਨੀ ਪਈ। ਉੱਥੇ ਅਸੀਂ ਕਿੰਨੀ ਕੁ ਦੇਰ ਹੋਲਡ ਕਰ ਸਕਦੇ ਸੀ, ਇਹ ਸਾਡੇ ਲਈ ਬਹੁਤ ਵੱਡੀ ਦਿੱਕਤ ਸੀ, ਪਰ ਅਸੀਂ ਉਹ ਵੀ ਕੀਤਾ, ਨੈਗੋਸੀਏਸ਼ਨ ਵੀ ਸਟਰੋਂਗਲੀ ਕੀਤੀਆਂ ਔਰ ਅਸੀਂ ਅਚੀਵ ਕਰ ਗਏ ਜੋ ਕਰਨਾ ਸੀ। ਇਹਦੇ 'ਚ ਇੱਕ ਗੱਲ ਮੈਂ ਆਪਦੇ ਉਹਨਾਂ ਜੋਸ਼ ਵਾਲੇ ਨੌਜਵਾਨਾਂ ਦੀ ਜਾਂ ਉਹਨਾਂ ਸਾਡੇ ਬੰਦਿਆਂ ਦੀ ਕਰੂੰਗਾ, ਕਰਮਠ ਯੋਧਿਆਂ ਦੀ ਜਿਹੜੇ ਕੱਲ੍ਹ ਆਏ ਸੀ, ਉਹਨਾਂ 'ਚੋਂ ਕਈ ਮੇਰੇ ਨਾਲ ਨਾਰਾਜ਼ ਵੀ ਹੋ ਰਹੇ ਸੀ, ਮੈਂ ਕਈਆਂ ਨੂੰ ਪੈ ਵੀ ਰਿਹਾ ਸੀ ਬੁਰੀ ਤਰ੍ਹਾਂ ਨਾਲ। ਉਹ ਕਿਉਂ ਸੀ? ਕਿਉਂਕਿ ਮੈਂ ਜਿਵੇਂ ਤੁਹਾਨੂੰ ਪਹਿਲੇ ਵੀਡੀਓ 'ਚ ਅਸੀਂ ਸਾਰੇ ਕਹਿ ਚੁੱਕੇ ਹਾਂ, ਬਹੁਤ ਸਾਰੇ ਸਰਕਾਰੀ ਬੰਦੇ ਵੀ ਸੀ, ਬਹੁਤ ਸਾਰੇ ਇੰਡਸਟਰੀਲਿਸਟਾਂ ਦੇ ਭੇਜੇ ਬੰਦੇ ਵੀ ਸੀ, ਉਹ ਬੰਦੇ ਵੀ ਸੀ ਜੋ ਨਹੀਂ ਚਾਹ ਰਹੇ ਸੀ ਇਹ ਆਪਣੀ ਮੂਵਮੈਂਟ ਕਾਮਯਾਬ ਹੋ ਗਈ। ਇਸ ਲਈ ਮੈਨੂੰ ਇਹ ਬਹੁਤ ਕੁਛ ਕਰਨਾ ਪੈ ਰਿਹਾ ਸੀ, ਬਹੁਤ ਸਾਰੇ ਆਪਦੇ ਬੰਦਿਆਂ ਨਾਲ ਵੀ ਲੜਨਾ ਪੈ ਰਿਹਾ ਸੀ, ਬਟ ਮੈਂ ਸਲਾਮ ਕਰਦਾ ਤੁਹਾਡੇ ਜੋਸ਼ ਨੂੰ, ਔਰ ਨਾਲ ਅਸੀਂ ਜਿਹੜੀ ਕੋਸ਼ਿਸ਼ ਕਰ ਲਈ ਕਿ ਹੋਸ਼ ਨਾਲ ਤੁਹਾਨੂੰ ਕਾਬੂ ਕਰ ਲਈਏ, ਉਹਦੀ ਵਜ੍ਹਾ ਸੀ ਸ਼ੇਰੋ। ਜੇ ਆਪਾਂ ਕੱਲ੍ਹ ਜਾ ਕੇ ਉਹਨਾਂ ਦੇ 2-4 ਬੈਰੀਕੇਡ ਹੋਰ ਤੋੜ ਦਿੰਦੇ, ਅੱਗੇ ਜਾ ਕੇ ਉਹ ਸਾਨੂੰ ਦਿਸ ਦਸਾ ਜਾਂਦੇ, ਬੰਦੇ ਮਾਰ ਦਿੰਦੇ, ਲੜਾਈ ਹੋ ਜਾਂਦੀ, ਹੋਣਾ ਕੀ ਸੀ? ਅਸੀਂ ਤਾਂ ਅੰਦਰ ਹੋ ਹੀ ਜਾਣਾ ਸੀ, ਕੋਈ ਮਸਲਾ ਨਹੀਂ ਸੀ, ਅਸੀਂ ਤਾਂ ਰੈਡੀ ਸੀ, ਹੋਰ ਕਿੰਨਿਆਂ 'ਤੇ ਕੇਸ ਬਣਨੇ ਸੀ, ਔਰ ਇਹ ਮਸਲਾ AY ਹੋ ਜਾਣਾ ਸੀ ਜਿਹਨੂੰ ਕਿ ਬਹੁਤ ਲੋਕ ਚਾਹ ਰਹੇ ਸੀ, ਆਹ ਅਸੀਂ ਅਚੀਵ ਕਰਨਾ ਸੀ। ਇੱਥੇ ਲਈ ਮੈਂ ਖੜ ਕੇ ਉੱਥੇ ਪੁੱਛਿਆ ਸੀ ਕਿ ਦੱਸੋ ਆਪਾਂ ਚਾਹੁੰਦੇ ਕੀ ਹੈ? ਆਪਾਂ 2-4 ਬੈਰੀਕੇਡ ਤੋੜਾਂਗੇ, 2 ਬੰਦਿਆਂ ਦੇ ਥੱਪੜੇ ਮਾਰਾਂਗੇ, ਵੱਢ ਵੀ ਦੇਵਾਂਗੇ, ਕੇਸ ਪਵਾ ਲਾਂਗੇ, ਕਾਲੇ ਪਾਣੀ ਆਏ ਚੱਲਦੇ ਰਹਿਣਗੇ ਜਿਵੇਂ ਕਿ 40-50 ਸਾਲਾਂ ਤੋਂ ਚੱਲਦੇ ਰਹੇ ਨੇ। ਸੋ ਇਸ ਗੱਲ ਤੋਂ ਅੰਦਾਜ਼ਾ ਲਾਇਓ, ਜੇ ਪਹਿਲੀ ਵਾਰੀ ਆਪਾਂ ਇੱਕ ਚੀਜ਼ ਕੀਤੀ ਵੀ, ਆਪਦਾ ਜਾਹੋ ਜਲਾਲ ਵੀ ਵਿਖਾਇਆ, ਤੋੜੇ ਨਾ ਬੈਰੀਕੇਡ, ਲਾ ਲਿਆ ਜ਼ੋਰ, ਇਹਨਾਂ ਨੇ ਕਿਹਾ ਸੀ ਨਾ ਵੱਡੇ ਅਫੀਸਰਾਂ ਨੇ, ਚਿੜੀ ਨਹੀਂ ਫੜਕਣ ਦੇਵਾਂਗੇ, ਚਿੜੀ ਛੱਡੋ ਕੀ ਕੁਛ ਫੜਕ ਗਿਆ, ਅਤੇ ਕਰ ਵੀ ਦਿੱਤਾ ਔਰ ਕਰਵਾ ਵੀ ਲਿਆ, ਕਿਉਂਕਿ ਤੁਸੀਂ ਨਾਲ ਸੀ, ਲੋਕਾਂ ਦਾ ਰੋਹ ਨਾਲ ਸੀ, ਲੋਕਾਂ ਦਾ ਜੋਸ਼ ਨਾਲ ਸੀ, ਪਰ ਜੋਸ਼ ਦੇ ਨਾਲ ਨਾਲ ਆਪਾਂ ਸ਼ੇਰੋ ਹੋਸ਼ ਵੀ ਰੱਖਣਾ। ਕੱਲ੍ਹ ਜੋ ਆਪਾਂ ਅਚੀਵ ਕਰਾਇਆ, ਜੇ ਮੈਂ ਤੁਹਾਨੂੰ ਨਾ ਰੋਕਿਆ ਹੁੰਦਾ, ਮੇਰੇ ਨਾਲ ਲੜੇ ਵੀ ਤੁਹਾਡੇ 'ਚੋਂ ਬਹੁਤ ਸਾਰੇ, ਇੱਕ ਮੁੰਡੇ ਨੂੰ ਤਾਂ ਮੈਂ ਭੁੱਲਦਾ ਨਹੀਂ, ਅੱਗੇ ਪੀਲੀ ਪੱਗ ਵਾਲਾ ਪੂਰਾ ਹੈਲਦੀ ਮੁੰਡਾ ਬੈਠਾ ਸੀ, ਤੁਹਾਡੀ ਲੋੜ ਆ ਸ਼ੇਰੋ ਸਾਨੂੰ, ਤੁਸੀਂ ਨਾਲ ਜੁੜੋਗੇ ਤਾਂ ਅਸੀਂ ਕੁਛ ਕਰ ਪਾਵਾਂਗੇ, ਤੁਹਾਡੇ ਨਾਲ ਹੀ ਹੈ, ਜਵਾਨੀ ਨਾਲ ਹੀ ਹੁੰਦਾ, ਤਾਂ ਹੀ ਤਾਂ ਬਾਹਰ ਵਾਲਿਆਂ ਨੂੰ ਕਹਿੰਦੇ ਹੋ ਇੱਥੇ ਰੁਕੋ, ਜੇ ਤੁਸੀਂ ਨੇ, ਪਰ ਤੁਹਾਨੂੰ ਨਾਲ ਸੁਣੋ ਜਿਹੜਾ ਬੰਦਾ ਤੁਹਾਡੀ ਗੱਲ ਕਹਿ ਰਿਹਾ, ਜਿਹਦੀ ਇਹ ਡਿਊਟੀ ਲੱਗੀ ਹੈ, ਜਿਵੇਂ ਕਿ ਕੱਲ੍ਹ ਮੇਰੀ ਡਿਊਟੀ ਲੱਗੀ ਸੀ,
ਕੋਈ ਹੋਰ ਨਹੀਂ ਪਹੁੰਚ ਪਾਇਆ ਸੀ, ਮੈਂ ਪਹੁੰਚ ਗਿਆ ਸੀ, ਘੱਟ ਪਹੁੰਚੇ ਸੀ ਅਸੀਂ, ਦੋ ਤਿੰਨ ਜਣੇ ਇਕੱਠੇ ਹੋ ਗਏ ਸੀ ਜਿੱਥੋਂ ਅਸੀਂ ਸੋਚਿਆ ਸੀ ਇਕੱਠੇ ਐਂਟਰ ਕਰਾਂਗੇ, ਹੋਰ ਨਹੀਂ ਪਹੁੰਚ ਪਾਏ ਸੀ, ਮੈਂ ਜਸਕੀਰਤ ਅਤੇ ਕੁਛ ਹੋਰ ਪਹੁੰਚ ਗਏ ਸੀ। ਸੋ ਅਸੀਂ ਆਪਦੀ ਡਿਊਟੀ ਨਿਭਾਈ ਹੈ, ਕੋਈ ਅਸੀਂ ਨਹੀਂ ਕੀਤਾ, ਤੁਸੀਂ ਕੀਤਾ। ਹੁਣ ਮੇਰੀ ਕੌਮ, ਮੇਰੀ ਬੇਨਤੀ ਹੈ ਕਿ ਇਸ ਪੂਰੇ ਪੜਾਵ ਤੋਂ ਇੱਕ ਗੱਲ ਸਮਝਿਓ ਜੀ ਕਿ ਆਪਾਂ ਜੋਸ਼ ਰੱਖਣਾ, ਆਪਦਾ ਅਸੀਂ ਮਾਰਸ਼ਲ ਹੈਗੇ ਹਾਂ ਉਹ ਰੱਖਣਾ, ਬਟ ਥੋੜ੍ਹੀ ਜਿਹੀ ਹੋਸ਼ ਵੀ ਰੱਖਣੀ ਹੈ, ਕੰਟਰੋਲ 'ਚ ਵੀ ਰਹਿਣਾ, ਜ਼ਾਬਤੇ 'ਚ ਵੀ ਰਹਿਣਾ, ਤਾਂ ਹੀ ਆਪਾਂ ਕੁਛ ਅਚੀਵ ਕਰ ਪਾਏ ਔਰ ਅੱਗੇ ਕਰਾਂਗੇ। ਛੋਟੀ ਜਿਹੀ ਲੜਾਈ ਜਿੱਤੀ ਹੈ, ਕਿੰਨਾ ਕੁਛ ਹੈ ਕਰਨ ਵਾਲਾ ਪਾਣੀਆਂ 'ਤੇ ਜੇ ਆਪਾਂ ਇਹਨੂੰ ਪਹਿਲੀਆਂ 'ਚ, ਮੈਨੂੰ ਮੁੰਡੇ ਨੇ ਕਿਹਾ ਮੈਨੂੰ ਗੁੱਸਾ ਆ ਰਿਹਾ ਕਰ ਕੀ ਰਹੇ ਨੇ। ਹਾਂ, ਮੈਂ ਇਹਦੇ 'ਚ ਇੱਕ ਪ੍ਰਸ਼ਾਸਨ ਦੀ ਗੱਲ ਕਹੂੰਗਾ, ਮੇਰੇ ਕੋਲ ਇੱਕ ਵੀਡੀਓ ਵੀ ਆਇਆ, ਵੀਡੀਓ ਤਾਂ ਬਹੁਤ ਆਏ ਨੇ ਪਰ ਮੈਂ ਇੱਕ ਸ਼ੇਅਰ ਕਰੂੰਗਾ। ਪੁਲਿਸ ਦੀਆਂ ਗੱਡੀਆਂ ਕੈਂਟਰਾਂ ਦੇ ਅੱਗੇ ਪਿੱਛੇ ਨੇ, ਉਹਦੇ ਵਿੱਚ ਪ੍ਰਵਾਸੀ ਬਾਏ ਹੋਏ ਨੇ ਵਿਚਾਰੇ, ਉਹਨਾਂ ਨੂੰ ਵੀ ਨਹੀਂ ਪਤਾ ਕਿ ਕਿਉਂ ਲੈ ਕੇ ਜਾ ਰਹੇ ਨੇ, ਨਵੇਂ ਕੱਪੜੇ ਪਵਾਏ ਨੇ, ਇੰਡਸਟਰੀ ਕਿਹੜੀ ਦੀ ਉਹ ਲਿਖਿਆ ਹੋਇਆ, ਔਰ ਉਹਨਾਂ ਨੂੰ ਪੁਲਿਸ ਇੱਕ ਕੈਂਟਰ ਪਿੱਛੇ ਫਿਰ ਇੱਕ ਪਿੱਛੇ ਗੱਡੀਆਂ ਲੱਗੀਆਂ ਨੇ ਔਰ ਉੱਥੇ ਲੈ ਕੇ ਜਾ ਰਹੀਆਂ ਨੇ ਜਿੱਥੇ ਉਹ ਸਾਡਾ ਇੰਤਜ਼ਾਰ ਕਰ ਰਹੇ ਸੀ, ਉੱਥੇ ਉਹਨਾਂ ਨੂੰ ਭੜਕਾਇਆ ਜਾ ਰਿਹਾ, ਕਾਰਪੇਟ ਵੀ ਛੇ ਹੋਏ ਨੇ, ਉੱਤੇ ਵੀ ਡੈਕੋਰੇਸ਼ਨ ਹੈ, ਐਡਾ ਕਿਹੜਾ ਵਿਆਹ ਸੀ ਬਈ, ਪੂੜੀਆਂ ਛੋਲੇ ਖਵਾਏ ਜਾ ਰਹੇ ਨੇ, ਮਤਲਬ ਤੁਸੀਂ ਚਾਹ ਰਹੇ ਸੀ ਟਕਰਾਵ ਹੋਵੇ, ਔਰ ਜੇ ਟਕਰਾਵ ਹੁੰਦਾ ਫਾਇਦਾ ਕੀ ਨਾ ਹੋਣਾ ਸੀ, ਫੈਕਟਰੀਆਂ ਵਾਲਿਆਂ ਨੇ ਵੀ ਆਪਦਾ ਕੰਮ ਕਰੀ ਜਾਣਾ ਸੀ, ਜੋ ਨਹੀਂ ਚਾਹ ਰਹੇ ਸੀ ਇਹ ਮੋਰਚਾ ਕਾਮਯਾਬ ਹੋਵੇ, ਉਹਨਾਂ ਦੀ ਵੀ ਬੱਲੇ ਬੱਲੇ, ਅਤੇ ਆਪਣਾ ਅੰਦੋਲਨ ਹੇਵਾਈ, ਉਹਨਾਂ ਨੇ ਕੁੱਟ ਕੁੱਟ ਖਾ ਲੈਣੀ ਸੀ ਜਿਹੜੇ ਇਕੱਠੇ ਹੋਏ ਸੀ, ਅਤੇ ਸਾਡੇ ਮੁੰਡਿਆਂ ਨੇ ਜੇਲ੍ਹ ਚਲੇ ਜਾਣਾ ਸੀ। ਇਹ ਤੋਂ ਅੰਦਾਜ਼ਾ ਲਾਓ ਇਹ ਕਿਵੇਂ ਸਾਡੇ ਅੰਦੋਲਨਾਂ ਦਾ ਸੱਤਿਆਨਾਸ਼ ਕੀਤਾ ਜਾਂਦਾ। ਸੋ ਜਾਬਤੇ 'ਚ ਰਹਿਣਾ ਆਪਦੇ ਬੰਦਿਆਂ ਦੀ, ਅਸੀਂ ਤੁਹਾਡੇ 'ਚੋਂ ਹੀ ਹਾਂ ਯਾਰ, ਅਸੀਂ ਕੁਛ ਨਹੀਂ ਗੇ, ਤੁਸੀਂ ਤੁਸੀਂ ਹੋ। ਔਰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿਆਂ, ਦਸਵੀਂ ਪਾਤਸ਼ਾਹੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਭ ਤੋਂ ਔਖਾ ਸਮਾਂ ਸੀ, ਅਸੀਂ ਕਾਮਯਾਬ ਪਤਾ ਕਿਵੇਂ ਹੋਏ ਸੀ ਸ਼ੇਰੋ, ਅਸੀਂ ਉਦੋਂ ਤੂੰ ਤੂੰ ਵਾਲੇ, ਤੂੰ ਤੂੰ ਵਾਲੇ ਦੀ ਕੀ ਮਤਲਬ ਹੋਇਆ ਕਿ ਅਸੀਂ ਕਹਿੰਦੇ ਹਾਂ ਤੂੰ ਬਣ, ਜਿਵੇਂ ਨਵਾਬ ਕਪੂਰ ਸਿੰਘ, ਉਹਨਾਂ ਨੂੰ ਨਵਾਬੀ ਕਿਵੇਂ ਮਿਲੀ ਸੀ ਤੁਹਾਨੂੰ ਪਤਾ ਹੈ ਨਾ, ਜੋ ਨਵਾਬੀ ਔਫਰ ਹੋਈ ਸੀ ਤਾਂ ਕੌਮ ਨੇ ਕਿਹਾ ਮੈਂ ਨਹੀਂ ਬਣਨਾ, ਇਹਨੂੰ ਬਣਾਓ, ਇਹਨੂੰ ਬਣਾਓ, ਇਹਨੂੰ ਬਣਾਓ, ਫਾਈਨਲੀ ਪੂਰੀ ਕੌਮ ਨੇ ਡਿਸਾਈਡ ਕੀਤਾ ਕਪੂਰ ਸਿੰਘ ਜੀ ਨੂੰ ਬਣਾਓ, ਜਿਹੜੇ ਕਿ ਉਦੋਂ ਬਹੁਤ ਮਤਲਬ ਉਹ ਜਥਿਆਂ ਦੀ ਉੱਪਰਲੀ ਗਿਣਤੀ 'ਚ ਨਹੀਂ ਸੀਗੇ, ਔਰ ਉਹਨਾਂ ਨੂੰ ਬਣਾ ਤਾ। ਸੋ ਅਸੀਂ ਤੂੰ ਤੂੰ ਵਾਲੇ ਸੀ, ਹੁਣ ਅਸੀਂ ਮੈਂ ਵਾਲੇ ਕੀ, ਹੁਣ ਤਾਂ ਅਸੀਂ ਇੱਥੋਂ ਤੱਕ ਮਤਲਬ ਆਮ ਸੋਰੀ, ਕੈਮਰਾ ਕਿਤੇ ਹੋਵੇ ਅਸੀਂ ਕੈਮਰੇ ਦੇ ਅੱਗੇ ਖੜਨ ਲਈ ਲੜ ਪੈਂਦੇ ਹਾਂ, ਮਾਈਕ 'ਤੇ ਬੋਲਣ ਲਈ ਲੜ ਪੈਂਦੇ ਹਾਂ, ਇਹਦੇ 'ਚੋਂ ਨਿਕਲੋ ਸ਼ੇਰੋ, ਇਹਦੇ ਨਾਲ ਹਾਸਲ ਕੁਛ ਨਹੀਂ ਹੋਣਾ, ਅਸੀਂ ਇੱਕ ਅਜੀਬ ਤਰ੍ਹਾਂ ਦੇ ਲੋਕ ਬਣ ਕੇ ਰਹਿ ਜਾਂਦੇ, ਔਰ ਇਹ ਖੁਸ਼ ਹੁੰਦੇ ਨੇ ਸਾਨੂੰ ਬਣਾਉਣ ਵਾਲੇ। ਔਰ ਇੱਕ ਹੋਰ ਗੱਲ ਯਾਦ ਰੱਖਿਓ ਜੀ, ਇਸ ਲੜਾਈ ਨਾਲ ਸਾਡਾ ਨੁਕਸਾਨ ਕੀ ਹੁੰਦਾ, ਇਹ ਜਿਹੜੀਆਂ ਸਰਕਾਰਾਂ ਨੇ ਨਾ, ਸਾਡੀ ਲੜਾਈ ਸਰਕਾਰਾਂ ਨਾਲ ਹੈ, ਕਿਉਂਕਿ ਇਹ ਕਾਲੇ ਪਾਣੀ ਕਿਹਨੇ ਕੀਤੇ ਆ, ਫੈਕਟਰੀ ਵਾਲਿਆਂ ਨੇ, ਮੰਨ ਲਈ ਗੱਲ, ਇਹਨਾਂ ਨੂੰ ਪਰਮਿਸ਼ਨ ਕਿਹਨੇ ਦਿੱਤੀ ਹੈ, ਸਰਕਾਰ ਨੇ, ਇਹਨਾਂ ਦਾ ਸੰਰਕਸ਼ਣ ਮਤਲਬ ਇਹਨਾਂ ਨੂੰ ਹਿਫਾਜ਼ਤ ਕੌਣ ਦੇ ਰਿਹਾ, ਸਰਕਾਰ, ਆ ਜਿਵੇਂ ਮੈਂ ਮੇਰੀ ਵੀਡੀਓ ਵੀ ਪਾਊਂਗਾ, ਤਾਂ ਸਾਡੀ ਲੜਾਈ ਉਹਨਾਂ ਪ੍ਰਵਾਸੀਆਂ ਨਾਲ ਨਹੀਂ ਸਰਕਾਰ ਨਾਲ। ਆਪਾਂ ਇਸ ਗੱਲ ਦਾ ਧਿਆਨ ਰੱਖਿਓ ਜੇ, ਕਿਉਂਕਿ ਇਹ ਵੀ ਇੱਕ ਮੁੱਦਾ ਹੈ ਸਾਡਾ, ਅਸੀਂ ਕਿਉਂ ਹਿਮਾਚਲ ਵਾਲਾ ਕਾਨੂੰਨ ਕਹਿ ਰਹੇ ਹਾਂ, ਇੱਥੇ ਬਾਹਰ ਵਾਲਿਆਂ ਨੂੰ ਜ਼ਮੀਨ ਨਾ ਮਿਲੇ, ਇਹਨਾਂ ਦੀ ਜਿਹੜੀ ਓਰੀਜਨਲ ਵੈਰੀਫਿਕੇਸ਼ਨ ਹੈ ਇਹਨਾਂ ਦੇ ਓਰੀਜਨਲ ਡਾਕੂਮੈਂਟ ਦੀ ਹੋਵੇ, ਇੱਥੇ ਕੋਈ ਇਹਨਾਂ ਦਾ ਡਾਕੂਮੈਂਟ ਨਾ ਬਣਾਇਆ ਜਾਵੇ। ਕਿਉਂ ਕਹਿ ਰਹੇ ਹਾਂ ਪੰਜਾਬੀਅਤ ਲਈ, ਕਿਉਂ ਕਹਿ ਰਹੇ ਹਾਂ ਪੰਜਾਬੀਅਤ ਲਈ, 1966 'ਚ ਜੋ ਸੂਬਾ ਬਣਿਆ ਜਿਹਦੇ ਲਈ ਇੰਨੀਆਂ ਕੁਰਬਾਨੀਆਂ ਹੋਈਆਂ, ਯਾਦ ਹੈ ਨਾ ਫੇਰੂ ਮਾਨ ਸਾਹਿਬ ਕਿਵੇਂ ਬਹਿ ਕੇ ਵਰਤ 'ਤੇ ਆਪਦੀ ਜਾਨ ਦਿੱਤੀ ਸੀ, ਅਤੇ ਹੋਰ ਕਿੰਨੇ ਲੋਕਾਂ ਨੇ ਡਾਂਗਾਂ ਖਾਧੀਆਂ ਸੀ, ਕਿਉਂ
ਕਿਉਂਕਿ ਉਹ ਖਿੱਤਾ ਮਿਲੇ ਜਿੱਥੇ ਪੰਜਾਬੀਅਤ ਦਾ ਬੋਲਬਾਲਾ ਹੋਵੇ, ਸਾਡੀ ਕੌਮ ਦੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ। ਕਿ ਇਹ ਹੁਣ ਫਿਰ ਸਾਨੂੰ ਮੈਜੋਰਿਟੀ ਤੋਂ ਮਾਇਨੋਰਿਟੀ ਬਣਾ ਦੇਣਗੇ, ਇਹ ਬੰਦੇ ਆ ਕੇ ਵਸ ਜਾਣਗੇ ਜਿਹੜੇ ਸਾਡੀ ਆਲੋਚਨਾ ਕਰਦੇ ਨੇ, ਸਪੈਸ਼ਲੀ ਮੇਰੀ, ਕਿ ਯਾਰ ਇਹ ਤਾਂ ਸਮਝਦਾਰ ਸੀਗੇ, ਕਿਹੜੀਆਂ ਗੱਲਾਂ 'ਤੇ ਲੱਗ ਗਏ ਨੇ। ਉਹ 50 ਲੱਖ ਬੰਦਾ ਤਾਂ ਤੁਸੀਂ ਮੰਨ ਚੁੱਕੇ ਹੋ, ਸਾਡੀ ਆਲੋਚਨਾ ਵਾਲੇ 40 ਲੱਖ ਕਹਿ ਚੁੱਕੇ ਨੇ, 50 ਲੱਖ ਬੰਦਾ 3 ਕਰੋੜ ਦੇ ਵਿੱਚ ਬਾਹਰਲਾ ਆ ਜੇ, ਇੰਨਾ ਕੁ ਸੂਬਾ ਹੈ ਅਤੇ 3 ਕਰੋੜ ਪਾਪੂਲੇਸ਼ਨ ਆ। ਅੱਗੇ ਜੀ ਆਪਣੇ ਵੀ ਬਾਹਰ ਗਏ ਆ ਸਾਰੇ, ਆ ਕੈਨੇਡਾ ਦਾ ਬਹੁਤ ਰੌਲਾ ਨਾ, ਕਿ ਇਹ ਤਾਂ ਬਸ ਸਾਰੇ ਪੰਜਾਬੀ ਸਰਦਾਰ ਆ ਗਏ ਇੱਥੇ। 8 ਲੱਖ ਪਾਪੂਲੇਸ਼ਨ ਹੈ ਸਾਡੀ, 8 ਲੱਖ ਅਤੇ ਆ ਹਿੰਦੁਸਤਾਨ ਨਾਲੋਂ 3 ਗੁਣਾ ਵੱਡਾ ਹੈ। ਸੋਚ ਲਓ ਇੰਨੇ ਜਾਏ ਤੂੰ ਥੋੜ੍ਹੇ ਜਿਹੇ ਬਸ ਇਹਦੇ ਆਸ ਪਾਸ ਅਮੈਰੀਕਾ 'ਚ ਹੈ, ਔਰ ਅਮੈਰੀਕਾ ਦੀ ਪਾਪੂਲੇਸ਼ਨ ਕਿੰਨੀ ਹੈ? 35 ਤੋਂ ਸ਼ਾਇਦ ਉੱਤੇ ਹੈ, 35 ਕਰੋੜ ਤੋਂ ਉੱਤੇ ਹੈ। ਜਿੰਨੇ ਪੰਜਾਬੀ ਨੇ ਸਾਰੀ ਦੁਨੀਆ 'ਚ ਇਕੱਠੇ ਕਰ ਲਓ, ਆ 50 ਲੱਖ ਨਹੀਂ ਬਣਦੇ ਅਤੇ ਸਾਡੇ ਐਡੇ ਕੁ ਸੂਬੇ 'ਚ ਇਸ ਪਾਪੂਲੇਸ਼ਨ 'ਚ ਹਜੇ ਆਉਂਦੇ ਇੰਨੇ ਕੁ, ਸਿਰਫ ਆਉਂਦੇ ਸਿਰਫ, ਉਹ ਸਿਰਫ ਹੈ, ਪਰਸੈਂਟੇਜ ਕੱਢ ਲਓ ਕਿੰਨੀ ਹੈ। ਦੈਟਸ ਵਾਈ ਵੀ ਸੇ ਕਿ ਇੱਥੇ ਇਹਨਾਂ ਦੀ ਵੋਟ ਨਹੀਂ ਬਣਨੀ ਚਾਹੀਦੀ, ਰਾਸ਼ਨ ਕਾਰਡ ਇੱਥੋਂ ਦਾ ਨਹੀਂ, ਆਧਾਰ ਕਾਰਡ ਇੱਥੋਂ ਦਾ ਨਹੀਂ, ਜੋ ਤੁਹਾਡੇ ਡੋਮੇਨ 'ਚ ਹੈ ਉਹ ਤੁਸੀਂ ਕਰੋ। ਪੰਜਾਬ ਗੌਰਮੈਂਟ ਨੇ ਜੋ ਇਲੈਕਸ਼ਨ ਕਮਿਸ਼ਨ ਦੇ ਆ ਉਹਨੂੰ ਰਿਕਮੈਂਡੇਸ਼ਨ ਭੇਜੋ, ਜੋ ਸੈਂਟਰ ਨੂੰ ਕਹਿਣ ਵਾਲੀ ਗੱਲ ਉਹ ਸੈਂਟਰ ਨੂੰ ਕਹੋ, ਬਟ ਇਹ ਪੰਜਾਬ 'ਚ ਹੋਊਗਾ। ਇੱਥੇ ਪੰਜਾਬੀਆਂ ਨੂੰ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਹੈ ਨੌਕਰੀਆਂ 'ਚ, ਔਰ ਬਹੁਤ ਸਾਰੀਆਂ ਨੌਕਰੀਆਂ ਪੰਜਾਬੀ ਪੜ੍ਹਨ ਨਾਲ ਜੋੜੀਆਂ ਜਾਣੀਆਂ ਚਾਹੀਦੀਆਂ ਨੇ। ਕੋਈ ਪ੍ਰੋਪਰਟੀ ਇੱਥੇ ਨਾ ਖਰੀਦਣ ਬਾਹਰ ਵਾਲੇ। ਇਹੋ ਜਿਹੀਆਂ ਹੋਰ ਬਹੁਤ ਸਾਰੀਆਂ ਗੱਲਾਂ ਹੈ, ਕਿਉਂਕਿ 15 ਪਿਛਲੇ ਮਹੀਨੇ ਦੀ 15 ਤੋਂ ਲੈ ਕੇ ਇਸ ਮਹੀਨੇ ਦੀ 15 ਤੱਕ ਦਾ ਟਾਈਮ ਲਿਆ ਸੀ ਸਾਡੀ ਐਡਮਿਨਿਸਟ੍ਰੇਸ਼ਨ ਦੇ ਰੀਪ੍ਰਜੈਂਟੇਟਿਵ ਨੇ, ਜਦੋਂ ਆ ਕੁੰਭੜਾ ਕਾਂਡ ਹੋਇਆ ਸੀ ਕਿ ਅਸੀਂ ਉੱਥੇ ਬਹਿ ਕੇ ਉਹਨਾਂ ਨੂੰ ਇਨਸਾਫ ਦਵਾਇਆ ਸੀ, ਜਿਹਦੇ 'ਚ ਇੱਕ ਦਲਿਤ ਫੈਮਿਲੀ ਵੀ ਸੀ। 1 ਮਹੀਨੇ ਦਾ ਟਾਈਮ ਲਿਆ ਸੀ ਸਾਡੇ ਕੋਲੋਂ, ਔਰ ਵੀਡੀਓ 'ਚ ਰਿਕਾਰਡਡ ਆ ਉਹ ਗੱਲਾਂ। ਅਤੇ ਜੇ ਇਹਨਾਂ ਨੇ ਉਦੋਂ ਤੱਕ ਉਹ ਸਾਰੀਆਂ ਮੰਗਾਂ ਜੋ ਮੰਨ ਕੇ ਗਏ ਸੀ ਕਿ ਸਾਨੂੰ ਇੰਨਾ ਪ੍ਰੋਸੈਸ ਚਾਹੀਦਾ, ਟਾਈਮ ਚਾਹੀਦਾ ਉਸ ਪ੍ਰੋਸੈਸ ਨੂੰ ਪੂਰਾ ਕਰਨ ਲਈ, ਨਹੀਂ ਕੀਤਾ ਤਾਂ 15 ਤਰੀਕ ਨੂੰ ਤੁਹਾਡੇ ਸਾਹਮਣੇ ਉਸ ਬਾਰੇ ਇੱਕ ਲੰਬੀ ਚੌੜੀ ਗੱਲ ਲੈ ਕੇ ਆਵਾਂਗੇ, ਔਰ ਖਾਸ ਕਰ ਉਹਨਾਂ ਵਿਚਾਰੇ ਪਰਿਵਾਰਾਂ ਨੂੰ 25-25 ਲੱਖ ਰੁਪਈਆ ਜੋ CM ਰਿਲੀਫ ਫੰਡ 'ਚੋਂ ਮਿਲਣਾ ਸੀ, ਜੇ ਉਹ ਵੀ ਨਹੀਂ ਮਿਲਦਾ ਤਾਂ ਉਹਦੀ ਵੀ ਗੱਲ ਕਰਾਂਗੇ। ਸੋ ਮੇਰੀ ਸਿਰਫ ਤੁਹਾਨੂੰ ਇੱਕ ਬੇਨਤੀ ਹੈ ਕਿ ਆਪਣੀਆਂ ਲੜਾਈਆਂ ਕਿਸੇ ਵੀ ਹੋਰ ਫਿਰਕੇ ਨਾਲ ਨਹੀਂ ਗਈਆਂ, ਆਪਣੀਆਂ ਲੜਾਈਆਂ ਸਰਕਾਰ ਨਾਲ ਨੇ, ਔਰ ਇੱਕ ਮੁੱਠ ਹੋ ਕੇ ਇੱਕ ਜਾਪਤੇ 'ਚ ਰਹਿ ਕੇ, ਕਿਉਂਕਿ ਸ਼ੁਰੂ ਲੜਾਈ ਇੱਕ ਟਾਈਮ 'ਤੇ ਤਲਵਾਰਾਂ ਦੀ ਸੀ, ਫਿਰ ਆਪਾਂ ਬੰਦੂਕਾਂ ਵਾਲੀ ਲੜਾਈ ਵੀ ਲੜੀ ਹੈ, ਹੁਣ ਆਪਾਂ ਸਿਰਾਂ ਵਾਲੀ ਲੜਾਈ ਲੜਨਾ ਹੈ। ਸਿਰਾਂ ਵਾਲੀ ਨਹੀਂ ਕਿ ਸਿਰਾਂ ਦੀ ਗਿਣਤੀ ਵਧਾ ਕੇ, ਜੋ ਇੱਕ ਸਿਸਟਮ ਆ ਉਹਦੇ ਵਿੱਚ ਆਪਦੀਆਂ ਮੰਗਾਂ ਮਨਵਾਉਣੀਆਂ, ਉਹਦੇ ਕੁਛ ਤਰੀਕੇ ਨੇ, ਕਿਉਂਕਿ ਆਪਾਂ ਹੁਣ ਹੋਰ ਨੁਕਸਾਨ ਨਹੀਂ ਕਰਾ ਸਕਦੇ ਆਪਦਾ। ਕਿੰਨੇ ਕੁ ਬੱਚੇ ਨੇ ਸਾਡੇ ਬਾਹਰ ਚਲੇ ਗਏ, ਇੱਥੇ ਕੀ ਹਾਲ ਹੈ? ਜਗ੍ਹਾ ਖਾਲੀ ਹੋਊਗੀ ਤਾਂ ਕੋਈ ਭਰੂਗਾ ਹੀ। ਇਹ ਮੇਰੀ ਉਹਨਾਂ ਨੂੰ ਵੀ ਬੇਨਤੀ ਕਿ ਇੱਥੇ ਰਹੋ। ਤੁਹਾਨੂੰ ਮੇਰੀ ਬੇਨਤੀ ਹੈ ਕਿ ਲੜਨਾ ਨਹੀਂ, ਔਰ ਜਦੋਂ ਕਿਸੇ ਕੌਲ ਨੂੰ ਦੇਈਏ ਜਾਪਤੇ 'ਚ ਰਹਿਣਾ, ਔਰ ਤੁਸੀਂ ਆਉਣਾ, ਤੁਹਾਡੇ ਬਿਨਾਂ ਅਸੀਂ 54 ਦੇ ਨਹੀਂ, ਤੁਹਾਡੇ ਨਾਲ ਹੀ ਅਸੀਂ ਹਾਂ। ਹਾਂ, ਜੇ ਕਿਸੇ ਨੂੰ ਪੂਰੇ ਅੰਦੋਲਨ ਕੱਲ੍ਹ ਦੇ ਦਿਨ ਦੇ ਵਿੱਚ ਮੈਥੋਂ ਕੁਛ ਮਾੜਾ ਚੰਗਾ ਬੋਲਿਆ ਹੋਵੇ, ਮੈਂ ਉਹਦੀ ਮਾਫ਼ੀ ਮੰਗਦਾ, ਪਰ ਤੁਸੀਂ ਉਹਨਾਂ ਹਾਲਾਤਾਂ ਨੂੰ ਵੇਖਿਆ ਉੱਥੇ ਕੀ ਕੁਛ ਸੀਗਾ। ਮੈਨੂੰ ਹਰ ਤਰ੍ਹਾਂ ਦੀ ਗੱਲ ਕਰਨੀ ਪੈ ਰਹੀ ਸੀ, ਔਰ ਨਾਲ ਨਾਲ ਉਹਨੂੰ ਬੈਲੈਂਸ ਵੀ ਕਰਨਾ ਪੈ ਰਿਹਾ ਸੀ, ਔਰ ਬਹੁਤ ਸਾਰੀਆਂ ਚੀਜ਼ਾਂ ਮੇਰੀਆਂ ਅੱਖਾਂ ਦੇ ਸਾਹਮਣੇ ਨਜ਼ਰ ਆ ਰਹੀਆਂ ਸੀ, ਗਲਤ ਹੋ ਰਹੀਆਂ,
ਔਰ ਬਹੁਤ ਸਾਰੀਆਂ ਇਮੋਸ਼ਨ 'ਚ ਹੋ ਕੇ ਗਲਤ ਹੋ ਰਹੀਆਂ ਔਰ ਬਹੁਤ ਸਾਰੀਆਂ ਜਾਣ ਬੁੱਝ ਕੇ ਗਲਤ ਕੀਤੀਆਂ ਜਾ ਰਹੀਆਂ ਸੀ। ਸੋ ਉਹਨਾਂ ਦੋਨਾਂ ਗੱਲਾਂ ਨੂੰ ਮੈਨੂੰ ਸੰਭਾਲਣਾ ਸੀ ਕਿਉਂਕਿ ਮੈਂ ਹੀ ਸੀ ਉੱਥੇ, ਮੇਰੇ ਨਾਲ ਬਸ ਇੱਕ ਡੋਰ ਸਾਹਿਬ ਸੀ ਜਾਂ ਇੱਕ ਦੋ ਬੰਦੇ ਹੋਰ ਸੀ, ਬਾਕੀ ਸਾਡੀ ਟੀਮ ਸਾਰੀ ਫੜੀ ਗਈ ਸੀ। ਸੋ ਉਹਦੇ ਲਈ ਜੇ ਕਿਸੇ ਨੂੰ ਬੰਦਾ ਚੰਗਾ ਬੋਲਿਆ ਗਿਆ ਹੋਵੇ, ਆਈ ਐਮ ਰੀਅਲੀ ਸੋਰੀ, ਆਈ ਟਰਾਈ ਮਾਈ ਬੈਸਟ ਕਿ ਮੈਂ ਕੁਛ ਚੰਗਾ ਕਰ ਪਾਵਾਂ ਔਰ ਆਪਾਂ ਕੱਲ੍ਹ ਕੀਤਾ ਕੁਛ ਅਚੀਵ। ਜਿਹੜੀਆਂ ਗੱਲਾਂ ਆਪਾਂ ਕਰਾ ਗਏ, ਜੇ ਕਿਤੇ ਉਹ ਨਾ ਹੁੰਦੀਆਂ ਔਰ ਕੁਛ ਹੋਰ ਹੋ ਜਾਂਦਾ, ਤੁਹਾਨੂੰ ਮੈਂ ਦੱਸ ਚੁੱਕਿਆ ਕੀ ਹੁੰਦਾ। ਸੋ ਇਸ ਲੜਾਈਆਂ ਨੂੰ ਆਪਾਂ ਅੱਗੇ ਲੈ ਕੇ ਜਾਣਾ ਹੈ, ਬਹੁਤ ਹੀ ਤੁਹਾਡੀ ਮਿਹਰਬਾਨੀ, ਬਲਕਿ ਜਿੱਤ ਤੁਹਾਡੀ ਹੈ ਸਾਡੀ ਨਹੀਂ। ਸੋ ਇਸੇ ਤਰ੍ਹਾਂ ਸਾਥ ਦਿਓ ਜੀ। ਹੁਣ ਆਪਾਂ ਕਾਲੇ ਪਾਣੀ ਦੇ ਨਾਂ 'ਤੇ ਇੱਕ ਕੇਂਦਰ ਵੀ ਕ੍ਰੀਏਟ ਕਰਾਂਗੇ ਸਾਰੇ ਪੰਜਾਬ 'ਚ, ਤਾਂ ਜੋ ਅਸੀਂ ਹੈਂਡੀਕੈਪ ਨਾ ਹੋ ਜਾਈਏ ਜੇ ਸਾਨੂੰ ਕਿਤੇ ਧਰਨਾ ਲਾਉਣਾ ਪੈਣਾ, ਅਸੀਂ ਲੋਕਾਂ ਦੀਆਂ ਟਰਾਲੀਆਂ ਨਾ ਕਹਿੰਦੇ ਫਿਰੀਏ ਔਰ ਉਹ ਆਉਣ ਜਾਂ ਨਾ ਆਉਣ ਉਹਨਾਂ ਦੇ ਰਹਿਮੋ ਕਰਮ 'ਤੇ ਆਪਾਂ ਨਹੀਂ ਰਹਿਣਾ। ਹੁਣ ਕੱਲ੍ਹ ਆਪਾਂ ਵੇਖ ਚੁੱਕੇ ਹਾਂ, ਉੱਥੇ ਮੈਨੂੰ ਡਰ ਲੱਗ ਰਿਹਾ ਸੀ ਕਿ ਹੋਲਡ ਕਿਵੇਂ ਕਰਾਂਗੇ ਚੀਜ਼ਾਂ, ਬੰਦੇ ਵੀ ਬੜੇ ਦੂਰੋਂ ਦੂਰੋਂ ਆਏ ਸੀ, ਘੱਟ ਵੀ ਰਹੇ ਸੀ ਔਰ ਮੈਨੂੰ ਬੜੀ ਸਮਝ ਨਹੀਂ ਆਉਂਦੀ ਸਾਡੀ ਸਰਕਾਰ ਦੀ। ਮਤਲਬ ਮੇਨ ਰੋਡਸ ਨਹੀਂ, ਲਿੰਕ ਰੋਡਾਂ 'ਤੇ ਮੋਰਚੇ, ਮੋਰਚੇ ਕਹਿ ਰਹੇ ਹੈ ਕੀ ਆ, ਬੈਰੀਕੇਡ, ਸਖ਼ਤ ਚੈਕਿੰਗ, ਪਿੰਡਾਂ 'ਚ ਘਰੋਂ ਚੱਕ ਲਏ ਮੁੰਡੇ ਬੰਦੇ, ਜਿਹੜੇ ਪਿੰਡਾਂ 'ਚ ਅਸੀਂ ਜਾ ਕੇ ਬੋਲੇ ਮੈਂ ਤੇ ਲੱਖਾ, ਉੱਥੇ ਤਾਂ ਪਹਿਲਾਂ ਹੀ ਪੁਲਿਸ ਬਿਠਾ ਤੀ, ਕਿੰਨੇ ਪਿੰਡਾਂ ਦੇ ਗੁਰਦੁਆਰਾ ਸਾਹਿਬ 'ਚ ਬਣਾ ਤੀ ਕਿ ਅਨਾਊਂਸਮੈਂਟ ਨਾ ਹੋ ਸਕੇ। ਉਹ ਵਾਹ, ਤੁਹਾਡੇ ਅਸੀਂ ਕੀ ਕਰ ਰਹੇ ਹਾਂ, ਡਾਕੂ ਹੈ, ਡਰੱਗ ਵਾਲੇ ਹੈ, ਬਗਾਵਤ ਕਰ ਰਹੇ ਹੈ ਔਰ ਹਿਫਾਜ਼ਤ ਕਿਹਨਾਂ ਨੂੰ ਦੇ ਰਹੇ ਹੈ, ਆ ਮੈਂ ਵੀਡੀਓ ਪਾਊਂਗਾ, ਵੇਖ ਲਿਓ ਜੀ ਕਿੰਨਾ ਨੂੰ ਹਿਫਾਜ਼ਤ ਦਿੱਤੀ ਜਾ ਰਹੀ ਹੈ, ਕਾਰਪੇਟ ਵਿਛਾਏ ਜਾ ਰਹੇ ਨੇ। ਸੋ ਇਹਨਾਂ ਨੇ ਜੋ ਜੋ ਤੁਹਾਡੇ ਸਾਹਮਣੇ ਕਿਹਾ ਉਹ ਪੂਰਾ ਕਿਵੇਂ ਹੁੰਦਾ, ਔਰ ਉਸ ਤੋਂ ਵੀ ਅਹਿਮ ਚਿਹਰੇ ਪਹਿਚਾਨਣਾ ਸਿੱਖੋ, ਕੌਣ ਤੁਹਾਡੇ ਨਾਲ, ਕੌਣ ਤੁਹਾਨੂੰ ਜੋਸ਼ ਫਾਲਤੂ ਦਾ ਦਵਾ ਕੇ ਜਾਂ ਵਰਗਲਾ ਕੇ ਗਲਤ ਪਾਸੇ ਲਿਜਾਣਾ ਚਾਹੁੰਦਾ। ਤੁਹਾਡਾ ਜੋਸ਼ ਚਾਹੀਦਾ, ਲੇਕਿਨ ਹੋਸ਼ ਦੇ ਨਾਲ ਛੇੜੋ, ਅਸੀਂ ਕੁਛ ਨਹੀਂ ਲੈਣਾ। ਮੇਰੀ ਸਿਰਫ ਇੱਕੋ ਗੱਲ ਸੀ, ਅਸੀਂ ਜੂਝਦਾ ਪੰਜਾਬ ਵੇਲੇ ਵੀ ਇਹੀ ਗੱਲਾਂ ਕੀਤੀਆਂ ਸੀ, 31 ਮੁੱਦੇ ਲੈ ਕੇ ਆਏ ਸੀ ਤੁਹਾਡੇ ਸਾਹਮਣੇ ਕਿ ਮੁੱਦਿਆਂ 'ਤੇ ਰਾਜਨੀਤੀ ਹੋਵੇ, ਮੁੱਦਿਆਂ 'ਤੇ ਸਰਕਾਰ ਬਣੇ, ਨਹੀਂ ਤਾਂ ਆਹ ਸਰਕਾਰ ਜੋ ਕਰ ਰਹੀ ਹੈ ਨਾ ਇਹੋ ਜਿਹਾ ਕੁਛ ਹੀ ਹੁੰਦਾ। 4,00,000 ਕਰੋੜ ਸਾਡੇ ਸਿਰ ਕਰਜ਼ਾ ਹੈ, 1,50,000 ਕਰੋੜ ਸਾਡੀ ਇਨਕਮ ਹੈ, ਪਿਛਲੀ ਵਾਰੀ ਇਹਨਾਂ ਨੇ ਕਰਜ਼ 18% 'ਤੇ ਲਿਆ, ਕੀ ਹੋਇਆ, ਅੱਗੇ ਜਾ ਕੇ ਕਿੱਥੋਂ ਤਨਖਾਹਾਂ ਦੇ ਪੈਸੇ ਹੋਣਗੇ, ਕਿੱਧਰ ਕਿੱਧਰ ਜਾਊਗਾ ਪੰਜਾਬ। ਸੋ ਸੋਚਿਆ ਕਰੋ, ਜਦੋਂ ਵੋਟ ਪਾਓ ਮੁੱਦਿਆਂ 'ਤੇ ਵੋਟ ਪਾਓ, ਮੁੱਦਿਆਂ 'ਤੇ ਅੰਦੋਲਨ ਕਰੋ। ਸੋ ਮੇਰੀ ਇੱਕੋ ਬੇਨਤੀ ਹੈ, ਇਹਨਾਂ ਗੱਲਾਂ 'ਤੇ ਅਮਲ ਕਰਿਓ ਜੀ। ਮੈਂ ਕਿਹਾ ਤੁਹਾਡੀ ਥੈਂਕਸ ਕਰਦੇ ਹਾਂ, ਤੁਹਾਨੂੰ ਭਰਾਵੋ ਕਹਿੰਦੇ ਹਾਂ ਦਿਲੋਂ ਕਿ ਤੁਹਾਡੇ ਬਿਨਾਂ ਅਸੀਂ ਕੁਛ ਨਹੀਂ ਗਏ, ਬੰਦਾ ਚੰਗਾ ਹੋਵੇ ਤਾਂ ਮਾਫ਼ ਕਰਿਓ ਜੇ, ਹੁਣ ਤੁਸੀਂ ਨਾਲ ਖੜਿਓ ਜੇ ਸਾਡੇ, ਤਾਂ ਹੀ ਆਪਾਂ ਇਹ ਚੀਜ਼ਾਂ ਅਗਲੇ ਵੀ ਮੁੱਦੇ ਮਨਾ ਪਾਵਾਂਗੇ।